ਸਪੈਕਟਰ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੀ ਉਹ ਐਸਜੀਪੀਸੀ ਜਿਸ ਦੀ ਸਥਾਪਨਾ ਦੇ 100 ਸਾਲ ਪੂਰੇ ਹੋ ਚੁੱਕੇ ਨੇ 1920 ਵਿੱਚ ਜਦੋਂ ਐਸਜੀਪੀਸੀ ਬਣੀ ਸੀ ਉਸ ਵਕਤ ਅੰਗਰੇਜ਼ ਇਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਦੇਣਾ ਨਹੀਂ ਸੀ ਚਾਹਦੇ ਅਗਲੇ 5 ਸਾਲਾਂ ਦੇ ਵਿੱਚ ਐਸਜੀਪੀਸੀ ਅਕਾਲੀ ਦਲ ਵੱਲੋਂ ਇੱਕ ਬਹੁਤ ਲੰਬੇ ਚੌੜੇ ਪੱਧਰ ਦਾ ਸੰਘਰਸ਼ ਵਿੱਢਿਆ ਗਿਆ ਬਹੁਤ ਮੋਰਚੇ ਲਾਏ ਗਏ ਬਹੁਤ ਮੁਹਿਮਾ ਵਿੱਢੀਆਂ ਗਈਆਂ ਬਹੁਤ ਐਸੇ ਸਾਕੇ ਜਿਨ੍ਹਾਂ ਦਾ ਜ਼ਿਕਰ ਅਸੀਂ ਨਿਊਜ਼ ਫੈਕਟਰ ਦੇ ਪਿਛਲੇ ਕੁਝ ਐਪੀਸੋਡਸ ਦੇ ਵਿੱਚ ਕਰ ਚੁੱਕੇ ਹਾਂ ਤੁਸੀਂ ਜਾਣ ਚੁੱਕੇ ਹੋ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ 100 ਸਾਲਾਂ ਦੇ ਇਤਿਹਾਸ ਦੇ ਵਿੱਚ ਉਹ ਲੋਕਾਂ ਦੀ ਜੋ ਕਿ ਐਸਜੀਪੀਸੀ ਦੇ ਪ੍ਰਧਾਨਗੀ ਦੇ ਅਹੁਦੇ ਤੇ ਕਾਬਜ਼ ਰਹੇ ਜੀ ਹਾਂ 100 ਸਾਲਾਂ ਦੇ ਵਿੱਚੋਂ 64 ਐਸੇ ਸਾਲ ਸਨ ਜਿਸ ਦੌਰਾਨ ਮਹਿਜ਼ ਪੰਜ ਆਗੂ ਜਾਂ ਪੰਜ ਲੀਡਰ ਐਸਜੀਪੀਸੀ ਦੇ ਪ੍ਰਧਾਨ ਵਜੋਂ ਅਹੁਦੇ ਤੇ ਬੈਠੇ ਉਨੇ ਸਮਝਣਾ ਬਹੁਤ ਜ਼ਰੂਰੀ ਹੈ ਆਖਿਰ ਐਸੇ ਕੀ ਕਾਰਨ ਰਹਿ ਹੋ ਸਕਦੇ ਨੇ ਕਿ ਖਾਸੀਅਤਾਂ ਜਾਂ ਖੂਬੀਆਂ ਰਹੀਆਂ ਹੋ ਸਕਦੀਆਂ ਨੇ ਜੋ ਕਿ ਇਨ੍ਹਾਂ ਲੋਕਾਂ ਨੂੰ ਹੀ ਬਾਰ-ਬਾਰ ਸਾਲ ਦਰਸਾਲ ਪ੍ਰਧਾਨਗੀ ਦਾ ਅਹੁਦਾ ਮਿਲਦਾ ਰਿਹਾ ਸੋ ਐਸਜੀਪੀਸੀ ਤੇ ਟੌਪ ਪੰਜ ਪ੍ਰਧਾਨਾਂ ਦੀ ਗੱਲ ਕਰਾਂਗੇ ਤੇ ਕਿੰਨਾ ਸਮਾਂ ਉਹ ਐਸਜੀਪੀਸੀ ਪ੍ਰਧਾਨ ਰਹੇ ਇਹ ਜ਼ਰੂਰ ਜਾਣਾਂਗੇ ਸ਼ੁਰੂਆਤ ਕਰ ਲੈਂਦੇ ਹਾਂ ਇਸ ਕਾਊਂਟ ਆਉਂਦੀ ਯਾਨੀ ਕਿ ਪਿੱਛੋਂ ਦੀ ਸ਼ੁਰੂਆਤ ਕਰਦੇ ਹਾਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਬਣਿਆ ਇਕ ਬਹੁਤ ਲੰਬਾ ਚੜ੍ਹਾ ਸੰਘਰਸ਼ 5-6 ਸਾਲ ਦੀ ਕੈਸੀ ਲੜਾਈ ਸੀ ਜਿਸ ਵਿੱਚ ਕੀ ਬਹੁਤ ਕੁਰਬਾਨੀਆਂ ਬਹੁਤ ਸ਼ਹਾਦਤਾਂ ਤੇ ਬਹੁਤ ਹੀ ਤਸੀਹੇ ਚੱਲਨੇ ਪਏ ਅਕਾਲੀ ਦਲ ਨੂੰ ਉਸ ਤੋਂ ਬਾਅਦ ਐਸਜੀਪੀਸੀ ਹੋਂਦ ਵਿੱਚ ਆਂਦੀ ਹੈ ਤੇ ਐਸਜੀਪੀਸੀ ਦੇ ਉਸ ਵਕਤ ਜਿਹੜੇ ਪ੍ਰਧਾਨ ਹੁੰਦੇ ਨੇ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਯਾਨੀ ਕਿ ਪਹਿਲੇ ਪ੍ਰਧਾਨ ਹੁੰਦੇ ਨੇ ਬਾਬਾ ਖੜਕ ਸਿੰਘ ਬਾਬਾ ਖੜਕ ਸਿੰਘ ਇੱਕ ਬਹੁਤ ਹੀ ਵਿਲੱਖਣ ਸ਼ਖਸੀਅਤ ਸਨ ਤੇ ਸਿੱਖ ਪੰਥ ਤੇ ਕੌਮ ਲਈ ਉਹਨਾਂ ਦਾ ਯੋਗਦਾਨ ਅਣਮੁੱਲਾ ਮੰਨਿਆ ਜਾਂਦਾ ਹੈ ਖਾਸ ਕਰਕੇ एसजीपीसी की स्थापना ਤੇ ਇੱਕ ਸ਼ੁਰੂਆਤੀ ਬਣਤਰ ਦੇਣ ਵਿੱਚ ਐਸਜੀਪੀਸੀ ਨੂੰ بابا ਖੜਕ ਸਿੰਘ ਲਗਭਗ 4.5 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ 1925 ਤੋਂ ਬਾਅਦ ਹਾਲਾਂਕਿ بابا ਖੜਕ ਸਿੰਘ 1921 ਤੋਂ 1922 ਤੱਕ ਵੀ ਕੁਝ ਮਹੀਨੇ ਲਈ ਐਸਜੀਪੀਸੀ ਦੇ ਪ੍ਰਧਾਨ ਰਹੇ ਸਨ ਲੇਕਿਨ بابا ਖੜਕ ਸਿੰਘ ਹੋਣਾ ਦਾ ਬਤੌਰ ਪਹਿਲੇ ਐਸਜੀਪੀਸੀ ਪ੍ਰਧਾਨ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਕਾਰਜਕਾਲ 1926 ਤੋਂ ਸ਼ੁਰੂ ਹੋ ਕੇ 1930 ਤੱਕ ਚੱਲਦਾ ਹੈ ਠੀਕ 4 ਸਾਲ ਦਾ ਇੱਕ ਕਾਰਜਕਾਲ ਹੁੰਦਾ ਤੇ ਕੁੱਲ ਮਿਲਾ ਕੇ ਬਾਬਾ ਖੜਕ ਸਿੰਘ ਹੋਣਾ ਦੀ ਜੇਰੀ ਟਰਮ 2 ਵੱਖ-ਵੱਖ ਸਮਿਆ ਤੇ ਬਤੌਰ ਐਸਜੀਪੀਸੀ ਪ੍ਰਧਾਨ ਉਹ ਲਗਭਗ 4.5 ਸਾਲ ਰਹੀ ਬਾਬਾ ਖੜਕ ਸਿੰਘ ਤੋਂ ਬਾਅਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਸਨ ਸੰਤ ਚੰਨਨ ਸਿੰਘ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਨੇ ਸੰਤ ਚੰਨਨ ਸਿੰਘ ਦਾ ਕਾਰਜਕਾਲ ਅਕਤੂਬਰ 1962 ਤੋਂ ਸ਼ੁਰੂ ਹੁੰਦਾ ਤੇ ਨਵੰਬਰ 1972 ਤੱਕ ਇਕ ਬਹੁਤ ਲੰਮਾ ਚੌੜਾ ਵਖਵਾ ਸੰਤ ਚੰਦਨ ਸਿੰਘ ਉਹ ਐਸਜੀਪੀਸੀ ਦੇ ਪ੍ਰਧਾਨ ਵਜੋਂ ਆਪਣਾ ਕਾਰਜਕਾਲ ਨਿਭਾਉਂਦੇ ਨੇ ਦਰਸ਼ਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ 1962 ਤੋਂ ਲੈ ਕੇ 1972 ਤੱਕ ਦਾ ਜਿਹੜਾ 10 ਸਾਲਾਂ ਦਾ ਕਾਰਜਕਾਲ ਸੀ ਉਹ ਬੇਅੰਤ ਮਹੱਤਵਪੂਰਨ ਸੀ ਉਹ ਇਸ ਵਾਸਤੇ ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਕਿ ਪੰਜਾਬੀ ਸੂਬਾ ਲਹਿਰ ਆਪਣੇ ਸਿਖਰਾਂ ਤੇ ਪਹੁੰਚਦੀ ਵੀ ਹੈ ਤੇ ਪੰਜਾਬ ਸੂਬੇ ਦੀ ਭਾਸ਼ਾ ਦੇ ਆਧਾਰ ਤੇ ਸਿਰਜਣਾ ਵੀ ਹੁੰਦੀ ਹੈ संत चनन सिंह ਦਾ ਕਾਰਜਕਾਲ 1962 ਤੋਂ ਲੈ ਕੇ 1972 ਤੱਕ ਚੱਲਦਾ ਹੈ ਜੋ ਕਿ ਕਾਫੀ ਮਹੱਤਵਪੂਰਨ ਕਾਰਜਕਾਲ ਮੰਨਿਆ ਜਾ ਸਕਦਾ ਹੈ ਇਸ ਨੂੰ ਮਹੱਤਵਪੂਰਨ ਮੰਨਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹੀ ਉਹ ਸਮਾਂ ਸੀ ਜਦੋਂ ਕਿ ਪੰਜਾਬ ਸੂਬੇ ਦੀ ਪਾਸ਼ਾ ਉਤੇ ਆਧਾਰਿਤ ਪੰਜਾਬੀ ਸੂਬੇ ਦੀ ਸਿਰਜਣਾ ਹੁੰਦੀ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਪਾਸ ਹੁੰਦਾ ਹੈ ਤੇ 1966 ਵਿੱਚ ਪੰਜਾਬ ਪਾਸ਼ਾ ਦੇ ਉਤੇ ਪੰਜਾਬੀ ਪਾਸ਼ਾ ਦੇ ਉਤੇ ਆਧਾਰਿਤ ਇੱਕ ਰਾਜ ਬਣਦਾ ਹੈ ਇਸ ਸਮਾਂ ਨਿਰਣਾਇਕ ਵੀ ਹੁੰਦਾ ਹੈ ਕਿਉਂਕਿ ਐਸੇ ਵਕਤ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣਦੀਆਂ ਨੇ ਤੇ ਅਕਾਲੀ ਦਲ ਨੂੰ ਕੇਂਦਰ ਵੱਲੋਂ ਕਈ ਚੁਣੌਤੀਆਂ ਦਰਪੇਸ਼ ਆਉਂਦੀਆਂ ਨੇ ਲੇਕਿਨ ਇਸ ਦੌਰਾਨ ਸੰਤ ਚੰਦਨ ਸਿੰਘ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਰਹਿੰਦੇ ਨੇ ਜੋ ਕਿ ਕਾਫੀ ਹੱਦ ਤੱਕ ਅਕਾਲੀ ਦਲ ਨੂੰ ਉਸ ਵਕਤ ਦੇ ਅਕਾਲੀ ਦਲ ਨੂੰ ਉਹ ਸ਼ਕਤੀ ਦਿੰਦਾ ਜੋ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਕਾਂਗਰਸ ਕੇਂਦਰ ਦੇ ਵਿੱਚ ਕਾਬਸ ਕਾਂਗਰਸ ਦੇ ਨਾਲ ਲੜਨ ਵਿੱਚ ਸਹਾਇੀ ਸਾਬਤ ਹੁੰਦੀ ਹੈ ਸੰਤ ਚੰਦਨ ਸਿੰਘ ਲਗਭਗ 10 ਸਾਲ ਤੋਂ ਵੱਧ ਐਸਜੀਪੀਸੀ ਦੇ ਪ੍ਰਧਾਨ ਰਹੇ संत चंदन सिंह ਤੋਂ علاوہ ਜੇ ਇਸ ਅਵਧੀ ਤੋਂ ਜ਼ਿਆਦਾ ਕੋਈ ਐਸਜੀਪੀਸੀ ਦਾ ਪ੍ਰਧਾਨ ਰਹਿਣ ਵਾਲਾ ਆਗੂ ਹੈ ਤਾਂ ਉਹ ਹੈ ਅਵਤਾਰ ਸਿੰਘ ਮੱਕੜ। ਅਵਤਾਰ ਸਿੰਘ ਮੱਕੜ ਨਵੰਬਰ 2005 ਤੋਂ ਲੈ ਕੇ ਨਵੰਬਰ 2016 ਤੱਕ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਜੋ ਕਿ 11 ਸਾਲ ਦਾ ਵਖਵਾ ਹੈ। ਇਹ ਕਾਫੀ ਲੰਮਾ ਵਖਵਾ ਹੈ। ਇਹ ਉਹ ਵੀ ਸਮਾਂ ਹੈ ਜਦੋਂ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਬਾਦਲ ਅਕਾਲੀ ਦਲ ਦਾ ਹੱਥ ਠੋਕਾ ਮੰਨਿਆ ਜਾਂਦਾ ਰਿਹਾ ਹੈ। ਇਹ ਕਿਹਾ ਜਾਂਦਾ ਰਿਹਾ ਹੈ ਵੀ ਐਸਜੀਪੀਸੀ ਪ੍ਰਧਾਨਾਂ ਤਾਂ ਨਾ ਉਸ ਦੀ ਚੋਣ ਉਹਨਾਂ ਪਰਚੀਆਂ ਵਿੱਚੋਂ ਹੁੰਦੀ ਹੈ ਜੋ ਕਿ ਇੱਕ ਬਕਸਿਆਂ ਵਿੱਚੋਂ ਖੁਦ ਪ੍ਰਕਾਸ਼ ਸਿੰਘ ਬਾਦਲ ਕੱਢਦੇ ਨੇ ਇਹ ਪ੍ਰੈਜ਼ੀਡੈਂਟ ਐਸਜੀਪੀਸੀ ਜਾਂ ਉਹ ਅਕਾਲੀ ਦਲ ਦਾ ਕਿਰਦਾਰ 1920 ਜਾਂ ਫਿਰ 1960 ਜਾਂ 17 ਦੇ ਅਕਾਲੀ ਦਲ ਨਾਲੋਂ ਬਹੁਤ ਅਲੱਗ ਰਹਿੰਦਾ ਹੈ ਲੇਕਿਨ ਹﻔਤਾਰ ਸਿੰਘ ਮੱਕੜ ਐਸਜੀਪੀਸੀ ਦੇ ਸਭ ਤੋਂ ਲੰਮੇ ਕਾਰਜਕਾਲ ਵਾਲੇ ਪ੍ਰਧਾਨਾਂ ਵਿੱਚੋਂ ਇੱਕ ਨੇ ਇਹਨਾਂ ਦਾ ਰੈਂਕ ਤੀਸਰੇ ਨੰਬਰ ਦਾ ਹੈ ਯਾਨੀ ਕਿ ਅੱਜ ਤੱਕ ਐਸਜੀਪੀਸੀ ਦੇ ਜਿਹੜੇ ਵੀ ਪ੍ਰਧਾਨ ਰਹੇ ਨੇ ਉਹਨਾਂ 'ਚੋਂ ਨੰਬਰ 3 ਤੇ ਅਵਤਾਰ ਸਿੰਘ ਮੱਕੜ ਨੇ ਐਸਜੀਪੀਸੀ ਦੇ ਸਭ ਤੋਂ ਲੰਮੇ ਕਾਰਜਕਾਲ ਵਾਲੇ ਪ੍ਰਧਾਨਾਂ ਵਿੱਚੋਂ ਇੱਕ ਨਾਂ ਮਾਸਟਰ ਤਾਰਾ ਸਿੰਘ ਹੋਣਾ ਦਾ ਵੀ ਹੈ ਜੋ ਕਿ ਦੂਸਰੇ ਰੈਂਕ ਤੇ ਨੇ ਯਾਨੀ ਕਿ ਦੂਸਰੇ ਨੰਬਰ ਦੇ ਉਹ ਐਸਜੀਪੀਸੀ ਦੇ ਪ੍ਰਧਾਨ ਜਿਨ੍ਹਾਂ ਦਾ ਕਾਰਜਕਾਲ ਸਭ ਤੋਂ ਲੰਮਾ ਰਿਹਾ ਮਾਸਟਰ ਤਾਰਾ ਸਿੰਘ ਦਾ ਕਾਰਜਕਾਲ ਲਗਭਗ 11 ਸਾਲ ਤੋਂ ਉੱਤੇ ਦਾ ਸੀ ਕੁਝ ਮਹੀਨੇ ਹੀ ਇਹ ਅਵਤਾਰ ਸਿੰਘ ਮੱਕੜ ਨਾਲੋਂ ਵੱਧ ਮੰਨਿਆ ਜਾ ਸਕਦਾ ਹੈ ਮਾਸਟਰ ਤਾਰਾ ਸਿੰਘ ਦੇ ਐਸਜੀਪੀਸੀ ਪ੍ਰਧਾਨ ਵਜੋਂ ਕੈਰੀਅਰ ਵਿੱਚ ਬਹੁਤ ਸੇ ਉਤਾਰ ਚੜਾਅ ਵੇਖਣ ਨੂੰ ਮਿਲੇ ਨੇ ਮਾਸਟਰ ਤਾਰਾ ਸਿੰਘ ਉਹੀ ਕਿਰਦਾਰ ਨੇ ਜਿਨ੍ਹਾਂ ਨੇ ਕਿ ਐਸਜੀਪੀਸੀ ਦੀ ਬਣਤਰ ਉਸ ਦੀ ਹੋਂਦ ਜਾਂ ਉਸ ਦੀ ਸਥਾਪਨਾ ਵਿੱਚ ਬਹੁਤ ਹੀ ਅਹਿਮ ਭੂਮਿਕਾ ਅਦਾ ਕੀਤੀ ਇਸ ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਤਾਂ ਮਾਸਟਰ ਤਾਰਾ ਸਿੰਘ ਦੀ ਇੱਕ ਬਹੁਤ ਹੀ ਅਹਿਮ ਭੂਮਿਕਾ ਰਹਿੰਦੀ ਹੈ ਸਿੱਖਾਂ ਨੂੰ ਭਾਰਤ ਦੇ ਨਾਲ ਰੱਖਣ ਦੇ ਵਿੱਚ ਪਾਕਿਸਤਾਨ ਜਾਂ ਮੁਸਲਿਮ ਲੀਗ ਵੱਲੋਂ ਉਹ तमाम ਪ੍ਰੋਪੋਜ਼ਲਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਾਸਟਰ ਤਾਰਾ ਸਿੰਘ ਸਾਈਡ ਤੇ ਰੱਖਦੇ ਨੇ ਤੇ ਬਤੌਰ ਇੱਕ ਲੀਡਰ ਸਿੱਖਾਂ ਨੂੰ ਭਾਰਤ ਦੇ ਵਿੱਚ ਰਹਿਣ ਦਾ ਇੱਕ ਬਹੁਤ ਵੱਡਾ ਉਪਰਾਲਾ ਯਤਨ ਕਰਦੇ ਨੇ ਜੋ ਕਿ ਕਾਮਯਾਬ ਹੁੰਦਾ ਹੈ ਮਾਸਟਰ ਤਾਰਾ ਸਿੰਘ ਆਪਣੇ ਕਰੀਅਰ ਦੇ ਦੌਰਾਨ ਕਈ ਵਾਰ ਐਸਜੀਪੀਸੀ ਦੇ ਪ੍ਰਧਾਨ ਲਾਏ ਗਏ ਲੇਕਿਨ ਉਹਨਾਂ ਦੇ ਕਾਰਜਕਾਲ ਦੌਰਾਨ ਕਈ ਉਤਾਰ ਚੜਾ ਵੇਖੇ ਗਏ ਉਹਨਾਂ ਨੂੰ ਕਈ ਵਾਰ ਅਹੁਦੇ ਤੋਂ ਲੈਂਦਿਆਂ ਹੋਇਆ ਵੇਖਿਆ ਤੇ ਬਹੁਤ ਸੇ ਅਜਿਹੇ ਸਮੇਂ ਸਨ ਜਦੋਂ ਕਿ ਉਹ 3 5 7 ਮਹੀਨਿਆਂ ਲਈ ਐਸਜੀਪੀਸੀ ਦੇ ਪ੍ਰਧਾਨ ਲਾਏ ਗਏ ਮਾਸਟਰ ਤਾਰਾ ਸਿੰਘ 6 ਵੱਖ-ਵੱਖ ਸਮਾਂ ਹੋਤੇ ਐਸਜੀਪੀਸੀ ਦੇ ਪ੍ਰਧਾਨ ਲਾਏ ਗਏ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਕਈ ਉਤਾਰ ਚੜਾਵੀ ਦੇਖਣ ਨੂੰ ਮਿਲੇ ਲੇਕਿਨ 6 ਅਲੱਗ-ਅਲੱਗ ਸਮਾਂ ਹਤੇ ਮਾਸਟਰ ਤਾਰਾ ਸਿੰਘ ਅਲੱਗ-ਅਲੱਗअवधियों ਲਈ ਐਸਜੀਪੀਸੀ ਦੇ ਪ੍ਰਧਾਨ ਰਹੇ ਕੁਝ ਐਸੇ ਸਮੇ ਵੀ ਸਨ ਜਦੋਂ ਕਿ ਉਹਨਾਂ ਨੂੰ ਮਹਿਜ਼ 2 ਮਹੀਨੇ 3 ਮਹੀਨੇ ਤੇ 5 ਮਹੀਨੇ ਲਈ ਐਸਜੀਪੀਸੀ ਦਾ ਪ੍ਰਧਾਨ ਲਾਇਆ ਗਿਆ ਲੇਕਿਨ ਉਹਨਾਂ ਦੀ ਕੈਰੀਅਰ ਦੇ ਵਿੱਚ ਸਭ ਤੋਂ ਸਟੇਬਲ ਸਮਾਂ ਉਹ ਸੀ ਜਦੋਂ ਕਿ ਉਹ ਲਗਭਗ 6 ਸਾਲਾਂ ਲਈ ਐਸਜੀਪੀਸੀ ਦੇ ਪ੍ਰਧਾਨ ਲਾਇਏ ਗਏ 1930 ਤੋਂ 1933 ਤੱਕ ਮਾਸਟਰ ਤਾਰਾ ਸਿੰਘ 10 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਜਦੋਂ ਕਿ 1936 ਤੋਂ ਲੈ ਕੇ 1944 ਤੱਕ ਮਾਸਟਰ ਤਾਰਾ ਸਿੰਘ ਲਗਭਗ 6 ਸਾਲ ਪ੍ਰਧਾਨ ਰਹੇ ਨੇ ਇਹ ਸਭ ਤੋਂ ਲੰਮਾ ਸਮਾਂ ਸੀ ਜਦੋਂ ਮਾਸਟਰ ਤਾਰਾ ਸਿੰਘ ਪਤੌਰ ਐਸਜੀਪੀਸੀ ਪ੍ਰੈਜ਼ੀਡੈਂਟ 6 ਸਾਲ ਦਾ ਵਖਵਾ ਕੱਢਦੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਕੈਰੀਅਰ ਦੇ ਵਿੱਚ ਕੁਝ ਮਹੀਨੇ ਜਾਂ ਕੁਝ ਸਾਲਾਂ ਦੇ ਵੱਖਰੇ-ਵੱਖਰੇ ਟਰਮਸ ਹੈਗੇ ਨੇ ਜਦੋਂ ਕਿ ਉਹਨਾਂ ਨੂੰ ਐਸਜੀਪੀਸੀ ਦਾ ਪ੍ਰਧਾਨ ਲਾਇਆ ਗਿਆ ਮਾਸਟਰ ਤਾਰਾ ਸਿੰਘ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਐਸਜੀਪੀਸੀ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਨੇ ਜਥੇਦਾਰ ਗੁਰਚਰਨ ਸਿੰਘ ਟੋਲਾ 27 ਸਾਲਾਂ ਦਾ ਇੱਕ ਰਿਕਾਰਡ ਤੋੜ ਸਮਾਂ ਜਦੋਂ ਕਿ ਗੁਰਚਰਨ ਸਿੰਘ ਟੋਲਾ ਅਲੱਗ-ਅਲੱਗ ਟਰਮਸ ਦੇ ਦੌਰਾਨ ਯਾਨੀ ਕਿ 4 ਵੱਖ-ਵੱਖ ਟਰਮਸ ਦੇ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਲਾ 2 4 8 ਤੇ 12 ਸਾਲ ਐਸਜੀਪੀਸੀ ਦੇ ਪ੍ਰਧਾਨ ਰਹਿੰਦੇ ਨੇ ਗੁਰਚਰਨ ਸਿੰਘ ਟੋਲਾ ਦਾ ਕਾਰਜਕਾਲ ਸਿੱਖ ਇਤਿਹਾਸ ਵਿੱਚ ਐਸਜੀਪੀਸੀ ਦੇ ਪ੍ਰਦਾਨ ਕੀਤੇ ਉਦੇਤੇ ਸਭ ਤੋਂ ਲੰਮਾ ਕਾਰਜਕਾਲ ਸੀ ਇੱਕ ਚੰਗਾ ਸਮਾਵੀਸ ਨੂੰ ਮੰਨਿਆ ਜਾਂਦਾ ਸੀ ਕਿਉਂਕਿ ਗੁਰਚਰਨ ਸਿੰਘ ਟੋਲਾ ਆਪਣੇ ਕਿਰਦਾਰ ਲਈ ਜਾਣੇ ਜਾਂਦੇ ਰਹੇ ਸਨ 1973 ਤੋਂ ਲੈ ਕੇ 1986 ਤੱਕ ਜਥੇਦਾਰ ਟੋਣਾ ਲਗਭਗ ਪੌਣੇ 13 ਸਾਲ ਐਸਜੀਪੀਸੀ ਦੇ ਪ੍ਰਧਾਨ ਰਹਿੰਦੇ ਨੇ 1986 ਤੋਂ 1990 ਤੱਕ ਗੁਰਚਰਨ ਸਿੰਘ ਟੋਲਾ ਲਗਭਗ 4 ਸਾਲ ਬਤੌਰ ਪ੍ਰਧਾਨ ਐਸਜੀਪੀਸੀ ਰਹਿੰਦੇ ਨੇ 1991 ਤੋਂ 1999 ਤੱਕ ਲਗਭਗ 8 ਸਾਲ ਇਕ ਲੰਮਾ ਸਮਾਂ ਗੁਰਚਰਨ ਸਿੰਘ ਟੋੜਾ ਇੱਕ ਵਾਰ ਫਿਰ ਐਸਜੀਪੀਸੀ ਦੇ ਪ੍ਰਧਾਨ ਲਾਏ ਜਾਂਦੇ ਨੇ ਇਸ ਤੋਂ ਇਲਾਵਾ ਸਾਲ 2001 ਤੋਂ 2003 ਦੇ ਦੌਰਾਨ ਲਗਭਗ 2 ਸਾਲ ਹੋਰ ਗੁਰਚਰਨ ਸਿੰਘ ਟੋੜਾ ਹੀ ਐਸਜੀਪੀਸੀ ਪ੍ਰਧਾਨ ਬੰਦੇ ਨੇ ਇਹ ਉਹ ਸਮਾਂ ਵੀ ਹੁੰਦਾ ਜਦੋਂ ਕਿ ਗੁਰਚਰਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਪੰਜਾਬ ਦੀਆਂ 2002 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣਾ ਇੱਕ ਵੱਖਰਾ ਧੜਾ ਲੈ ਕੇ ਮੈਦਾਨ ਵਿੱਚ ਉਤਰ ਵੀ ਚੁੱਕੇ ਹੁੰਦੇ ਨੇ ਅਕਾਲੀ ਦਲ ਸੱਤਾ ਤੋਂ ਬਾਹਰ ਵੀ ਹੋ ਚੁੱਕਾ ਹੁੰਦਾ ਹੈ ਲੇਕਿਨ ਵਾਪਸ ਉਹ ਅਕਾਲੀ ਦਲ ਵਿੱਚ ਬਾਦਲ ਦੇ ਨਾਲ ਰਲ ਜਾਂਦੇ ਨੇ ਸੋ ਕੁੱਲ ਮਿਲਾ ਕੇ ਜੇ ਦੇਖੀ ਤਾਂ ਐਸਜੀਪੀਸੀ ਦੇ ਪ੍ਰਧਾਨਾਂ ਵਜੋਂ ਰੈਂਕ ਵਾਈਜ਼ ਗੁਰਚਰਨ ਸਿੰਘ ਟੋਲਾ ਨੰਬਰ 1 ਯਾਨੀ ਕਿ ਪਹਿਲੇ ਰੈਂਕ ਦੇ ਉਹ ਪ੍ਰਧਾਨ ਨੇ ਜਿਨ੍ਹਾਂ ਨੇ ਕਿ ਸਭ ਤੋਂ ਲੰਮਾ ਸਮਾਂ 27 ਸਾਲ ਐਸਜੀਪੀਸੀ ਦੇ ਪ੍ਰਧਾਨ ਵਜੋਂ ਕੱਟਿਆ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ 11 ਸਾਲ ਤੋਂ ਉੱਤੇ ਦਾ ਸਮਾਂ ਜੱਥੇਦਾਰ ਅਫਤਾਰ ਸਿੰਘ ਮੱਕੜ ਜੋ ਕਿ ਲਗਭਗ 11 ਸਾਲ ਹੀ ਐਸਜੀਪੀਸੀ ਦੇ ਪ੍ਰਧਾਨ ਰਹਿੰਦੇ ਨੇ ਇਸ ਤੋਂ ਬਾਅਦ ਸੰਤ ਚੰਦਨ ਸਿੰਘ ਅਤੇ ਬਾਬਾ ਖੜਕ ਸਿੰਘ ਇਹ ਪੰਜ ਉਹ ਪ੍ਰਧਾਨ ਨੇ ਜੋ ਕਿ ਐਸਜੀਪੀਸੀ ਦੇ ਸਭ ਤੋਂ ਲੰਮੇ ਵਕਫੇ ਲਈ ਰਹਿਣ ਵਾਲੇ ਪ੍ਰਧਾਨ ਹਨ ਜਾਂਦੇ ਜਾਂਦੇ ਐਸਜੀਪੀਸੀ ਦੇ ਸਭ ਤੋਂ ਘੱਟ ਵਕਫੇ ਲਈ ਰਹੇ ਪ੍ਰਧਾਨ ਦੀ ਗੱਲ ਵੀ ਜ਼ਰੂਰ ਕਰ ਦਈਏ ਪੰਥਕ ਇਤਿਹਾਸ ਵਿੱਚ ਸਭ ਤੋਂ ਘੱਟ ਸਮਾਂ ਬਤਾਉរ ਐਸਜੀਪੀਸੀ ਪ੍ਰਧਾਨ ਰਹਿਣ ਵਾਲੇ ਆਗੂ ਸੰਗੋਪਾਲ ਸਿੰਘ ਕੌਮੀ ਜੋ 17 ਜੂਨ 1933 ਤੋਂ 18 ਜੂਨ 1933 ਯਾਨੀ ਕਿ ਮਹਿਜ਼ 1 ਦਿਨ ਲਈ ਐਸਜੀਪੀਸੀ ਦੇ ਪ੍ਰਧਾਨ ਬਣੇ ਸੋ ਤੁਸੀਂ ਵੇਖਿਆ ਕਿ ਐਸਜੀਪੀਸੀ ਦੇ ਵਕ ਵਕ ਪ੍ਰਧਾਨ ਜੋ ਕਿ ਪਿਛਲੇ 100 ਸਾਲਾਂ ਦੇ ਇਤਿਹਾਸ ਵਿੱਚ ਰਹੇ ਨੇ ਉਨਾ ਦਾ ਕਾਰਜਕਾਲ 1 ਦਿਨ ਤੋਂ ਲੈ ਕੇ 27 ਸਾਲ ਤੱਕ ਚੱਲਿਆ ਜਿਨ੍ਹਾਂ ਵਿੱਚੋਂ 64 ਐਸੇ ਸਾਲ ਸਨ ਜਦੋਂ ਕਿ ਐਸਜੀਪੀਸੀ ਦੇ ਪੰਜ ਕਿਰਦਾਰ ਪੰਜ ਆਗੂ ਪ੍ਰਦਾਨ ਰਹੇ